ਬਾਰਿਸ਼ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ, ਉੱਥੇ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਇਹ ਬਾਰਿਸ਼ ਹੜ੍ਹਾਂ ਦਾ ਰੂਪ ਧਾਰਨ ਕਰ ਗਈ ਹੈ। ਤਾਂ ਦੱਸ ਦਈਏ ਕਿ ਕੁਝ ਤਸਵੀਰਾਂ ਸਾਹਮਣੇ ਜ਼ਰੂਰ ਆਈਆਂ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਹੜ੍ਹ ਆ ਜਾਂਦਾ ਹੈ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਅਕਸਰ ਜਦੋਂ ਵੀ ਇੱਥੇ ਮੀਂਹ ਪੈਂਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਚੋਹ ਦੇ ਵਿੱਚ ਹੜ੍ਹ ਆ ਜਾਂਦਾ ਅਤੇ ਇਸ ਚੋਹ ਦਾ ਪਾਣੀ ਸੜਕਾਂ ਦੇ ਉੱਪਰ ਚੱਲਦਾ ਨਜ਼ਰ ਆਉਂਦਾ, ਜਿਸ ਦੇ ਕਾਰਨ ਕਈ ਪਿੰਡਾਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਜਾਂਦਾ। ਅਕਸਰ ਜਦੋਂ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਚੱਲਦੀ ਹੈ ਤਾਂ ਉਸ ਵਕਤ ਕੰਢੀ ਖੇਤਰ ਦਾ ਜ਼ਿਕਰ ਵੀ ਖੁੱਲ੍ਹ ਕੇ ਹੁੰਦਾ ਕਿ ਹੁਸ਼ਿਆਰਪੁਰ ਦਾ ਕੰਢੀ ਖੇਤਰ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ, ਪਰੰਤੂ ਬਰਸਾਤੀ ਦਿਨਾਂ ਦੌਰਾਨ ਕੰਢੀ ਇਲਾਕੇ ਦੇ ਕਈ ਕਈ ਪਿੰਡਾਂ ਦਾ ਪਾਣੀ ਆ ਜਾਣ ਕਾਰਨ ਆਪਸੀ ਸੰਪਰਕ ਟੁੱਟ ਜਾਂਦਾ। ਹਾਲਾਂਕਿ ਇਹ ਸਮੱਸਿਆ ਕੋਈ ਨਵੀਂ ਨਹੀਂ ਹੈ ਬਲਕਿ ਚਿਰਾਂ ਕਾਲ ਪੁਰਾਣੀ ਹੈ। ਤਾਜ਼ਾ ਤਸਵੀਰਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਦੀਆਂ, ਜਿੱਥੇ ਕਿ ਉਸਦੇ ਅਧੀਨ ਆਉਂਦੇ ਪਿੰਡ ਮੈਂਗੋਵਾਲ ਦੀਆਂ, ਜਿੱਥੇ ਕਿ ਅੱਜ ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਪਿੰਡ ਦੇ ਚੋਹ 'ਚ ਹੜ੍ਹ ਆ ਗਿਆ, ਜਿਸਦਾ ਖਾਮਿਆਜ਼ਾ ਇਹ ਹੋਇਆ ਕਿ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ। ਕੰਮ ਅਤੇ ਸਕੂਲ 'ਤੇ ਜਾਣ ਵਾਲੇ ਬੱਚੇ ਘਰਾਂ 'ਚ ਹੀ ਫਸ ਕੇ ਰਹਿ ਗਏ ਨੇ। ਹਾਲਾਂਕਿ ਕੁਝ ਸਮੇਂ ਬਾਅਦ ਚੋਹ ਲੰਘਣ ਯੋਗ ਵੀ ਹੋ ਜਾਂਦਾ, ਪਰੰਤੂ ਕੰਮ ਤੋਂ ਦੇਰੀ ਹੋਣ ਕਾਰਨ ਅਤੇ ਸਕੂਲ ਨਾ ਪਹੁੰਚ ਕਾਰਨ ਬੱਚਿਆਂ ਅਤੇ ਲੋਕਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੁੰਦਾ। ਇਸ ਤੋਂ ਪਹਿਲਾਂ ਵੀ ਮੀਡੀਆ ਵੱਲੋਂ ਇਸ ਪਿੰਡ ਦੇ ਹਾਲਾਤ ਕਈ ਵਾਰ ਕੈਮਰੇ 'ਤੇ ਦਿਖਾਏ ਜਾ ਚੁੱਕੇ ਨੇ, ਪਰੰਤੂ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਇਸ ਮਸਲੇ ਨੂੰ ਸੁਲਝਾਉਣ 'ਚ ਅੱਜ ਤੱਕ ਨਾਕਾਮ ਹੀ ਸਿੱਧ ਹੋਈਆਂ ਨੇ। ਬਾਰਿਸ਼ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ, ਉੱਥੇ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਇਹ ਬਾਰਿਸ਼ ਹੜ੍ਹਾਂ ਦਾ ਰੂਪ ਧਾਰਨ ਕਰ ਗਈ ਹੈ। ਤਾਂ ਦੱਸ ਦਈਏ ਕਿ ਕੁਝ ਤਸਵੀਰਾਂ ਸਾਹਮਣੇ ਜ਼ਰੂਰ ਆਈਆਂ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਹੜ੍ਹ ਆ ਜਾਂਦਾ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਅਕਸਰ ਜਦੋਂ ਵੀ ਇੱਥੇ ਮੀਂਹ ਪੈਂਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਚੋਹ ਦੇ ਵਿੱਚ ਹੜ੍ਹ ਆ ਜਾਂਦਾ ਅਤੇ ਇਸ ਚੋਹ ਦਾ ਪਾਣੀ ਸੜਕਾਂ ਦੇ ਉੱਪਰ ਚੱਲਦਾ ਨਜ਼ਰ ਆਉਂਦਾ, ਜਿਸ ਦੇ ਕਾਰਨ ਕਈ ਪਿੰਡਾਂ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਜਾਂਦਾ। ਅਕਸਰ ਜਦੋਂ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਚੱਲਦੀ ਹੈ ਤਾਂ ਉਸ ਵਕਤ ਕੰਢੀ ਖੇਤਰ ਦਾ ਜ਼ਿਕਰ ਵੀ ਖੁੱਲ੍ਹ ਕੇ ਹੁੰਦਾ ਕਿ ਹੁਸ਼ਿਆਰਪੁਰ ਦਾ ਕੰਢੀ ਖੇਤਰ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ, ਪਰੰਤੂ ਬਰਸਾਤੀ ਦਿਨਾਂ ਦੌਰਾਨ ਕੰਢੀ ਇਲਾਕੇ ਦੇ ਕਈ ਕਈ ਪਿੰਡਾਂ ਦਾ ਪਾਣੀ ਆ ਜਾਣ ਕਾਰਨ ਆਪਸੀ ਸੰਪਰਕ ਟੁੱਟ ਜਾਂਦਾ। ਹਾਲਾਂਕਿ ਇਹ ਸਮੱਸਿਆ ਕੋਈ ਨਵੀਂ ਨਹੀਂ ਹੈ ਬਲਕਿ ਚਿਰਾਂ ਕਾਲ ਪੁਰਾਣੀ ਹੈ। ਤਾਜ਼ਾ ਤਸਵੀਰਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਦੀਆਂ, ਜਿੱਥੇ ਕਿ ਉਸਦੇ ਅਧੀਨ ਆਉਂਦੇ ਪਿੰਡ ਮੈਂਗੋਵਾਲ ਦੀਆਂ, ਜਿੱਥੇ ਕਿ ਅੱਜ ਸਵੇਰੇ ਹੋਈ ਬਾਰਿਸ਼ ਤੋਂ ਬਾਅਦ ਪਿੰਡ ਦੇ ਚੋਹ 'ਚ ਹੜ੍ਹ ਆ ਗਿਆ, ਜਿਸਦਾ ਖਾਮਿਆਜ਼ਾ ਇਹ ਹੋਇਆ ਕਿ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ। ਕੰਮ ਅਤੇ ਸਕੂਲ 'ਤੇ ਜਾਣ ਵਾਲੇ ਬੱਚੇ ਘਰਾਂ 'ਚ ਹੀ ਫਸ ਕੇ ਰਹਿ ਗਏ ਨੇ। ਹਾਲਾਂਕਿ ਕੁਝ ਸਮੇਂ ਬਾਅਦ ਚੋਹ ਲੰਘਣ ਯੋਗ ਵੀ ਹੋ ਜਾਂਦਾ, ਪਰੰਤੂ ਕੰਮ ਤੋਂ ਦੇਰੀ ਹੋਣ ਕਾਰਨ ਅਤੇ ਸਕੂਲ ਨਾ ਪਹੁੰਚ ਕਾਰਨ ਬੱਚਿਆਂ ਅਤੇ ਲੋਕਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੁੰਦਾ। ਇਸ ਤੋਂ ਪਹਿਲਾਂ ਵੀ ਮੀਡੀਆ ਵੱਲੋਂ ਇਸ ਪਿੰਡ ਦੇ ਹਾਲਾਤ ਕਈ ਵਾਰ ਕੈਮਰੇ 'ਤੇ ਦਿਖਾਏ ਜਾ ਚੁੱਕੇ ਨੇ, ਪਰੰਤੂ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਇਸ ਮਸਲੇ ਨੂੰ ਸੁਲਝਾਉਣ 'ਚ ਅੱਜ ਤੱਕ ਨਾਕਾਮ ਹੀ ਸਿੱਧ ਹੋਈਆਂ ਨੇ।